ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਆਵਾਰਾ ਪਸ਼ੂ ਆਉਣ ਦੇ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦਰਅਸਲ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਨਾਲ ਕਾਰ ਚਕਨਾਚੂਰ ਹੋ ਗਈ। ਤਸਵੀਰਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੀਆਂ ਨੇ, ਜਿੱਥੇ ਇੱਕ ਕਾਰ ਜੋ ਆਪਣੀ ਸਪੀਡ ਦੇ ਉੱਤੇ ਆ ਰਹੀ ਸੀ ਕਿ ਉਸ ਦੇ ਅਚਾਨਕ ਹੀ ਅੱਗੇ ਇੱਕ ਆਵਾਰਾ ਪਸ਼ੂ ਆ ਜਾਂਦਾ ਹੈ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਕਾਰ ਬ੍ਰੇਕ ਮਾਰ ਦਿੰਦੀ ਹੈ, ਪਰ ਪਿੱਛੇ ਆ ਰਹੀ ਬੱਸ ਤੋਂ ਬ੍ਰੇਕ ਨਹੀਂ ਵੱਜਦੀ। ਦੱਸ ਦਈਏ ਕਿ ਬੱਸ ਕਾਰ ਦੇ ਵਿੱਚ ਆ ਕੇ ਵੱਜਦੀ ਹੈ, ਜਿਸ ਦੀ ਵਜ੍ਹਾ ਦੇ ਨਾਲ ਕਾਰ ਚਕਰਾ ਚੂਰ ਹੋ ਜਾਂਦੀ ਹੈ। ਗਨੀਮਤ ਇਹ ਰਹੀ ਕਿ ਕਾਰ ਚਲਾ ਰਿਹਾ ਸ਼ਖਸ ਸਹੀ ਸਲਾਮਤ ਰਿਹਾ, ਉਹ ਵਾਲ ਵਾਲ ਬਚ ਗਿਆ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਸੀਗੇ ਜੀ ਜਿਹੜੀ ਬੱਸ ਚਲਾਈ ਜਾਂਦੇ ਸੀਗੇ, ਮੈਂ ਗੱਡੀ ਡਰਾਈਵ ਕਰੀ ਜਾਂਦਾ ਸੀਗਾ, ਇਹ ਪਸ਼ੂ ਵਿਚਕਾਰ ਆ ਗਿਆ। ਮੇਰੇ ਅੱਗੇ ਦੋ ਗੱਡੀਆਂ ਸੀਗੀਆਂ, ਉਹਨਾਂ ਨੇ ਬ੍ਰੇਕ ਮਾਰੀ, ਤੀਜੀ ਮੈਂ ਬ੍ਰੇਕ ਮਾਰਤੀ, ਤਿੰਨੇ ਗੱਡੀਆਂ ਅਸੀਂ ਖਲੋ ਗਈਆਂ। ਇਹਨਾਂ ਨੇ ਪਿੱਛੋਂ ਲਿਆ ਕੇ ਉਹ ਜਗ੍ਹਾ ਵੇਖੋ, ਉੱਥੋਂ ਇਹਨਾਂ ਨੇ ਗੱਡੀ ਮੇਰੀ ਚੁੱਕ ਕੇ ਮਾਰੀ, ਗੱਡੀ ਇੱਥੇ ਆ ਕੇ ਡਿੱਗੀ। ਤੇ ਕੀ ਕਿਹਨਾਂ ਨੇ ਮਾਰੀ? ਆਹ ਜਿਹੜੇ ਬੱਸ ਵਾਲਿਆਂ ਨੇ, ਰੋਡਵੇਜ਼ ਦੀ ਬੱਸ ਆ, ਬੱਸ ਨੰਬਰ ਵੇਖ ਲਓ, ਆਹ ਡਰਾਈਵਰ ਸਾਹਿਬ ਖਲੋਤੇ, 8540 ਨੰਬਰ ਹੈ, PB11CF। ਤੁਹਾਡੇ ਸੱਟ ਤਾਂ ਨਹੀਂ ਲੱਗੀ ਕਿਤੇ? ਮੇਰੇ ਸੱਟ ਦਾ ਬਚਾਇਆ ਜੀ, ਪਰ ਗੱਡੀ ਇਹਨਾਂ ਨੇ ਅੱਗੋਂ ਵੀ ਪੂਰੀ ਡੈਮੇਜ ਕਰਤੀ ਤੇ ਪਿੱਛੋਂ ਵੀ ਪੂਰੀ ਡੈਮੇਜ ਕਰਕੇ। ਗੱਡੀ ਤਾਂ ਐਂ ਲੱਗਦਾ ਨਵੀਂ ਲਿੱਤੀ ਹੈ ਉਹਨੇ। ਗੱਡੀ ਵੀਰ ਜੀ ਹਲੀ 15 ਦਿਨ ਹੋਏ ਗੱਡੀ ਲਿੱਤੀ ਨੂੰ। ਇਹਨਾਂ ਕੋਲ ਗੱਡੀ ਪਿੱਛੋਂ ਚਲਾਈ, ਇਹਨਾਂ ਨੇ ਕੰਟਰੋਲ ਹੀ ਨਹੀਂ ਹੋਈ। ਅੱਗੋਂ ਕਹਿੰਦੇ ਆ 70 ਦੀ ਸਪੀਡ ਤੇ ਸੀਗੀ ਤੇ ਮੈਂ ਸਾਰੀਆਂ ਸਵਾਰੀਆਂ ਥੋੜੀ ਮਾਰਨੀਆਂ ਸੀਗੀਆਂ। ਜੇ ਰੋਡਵੇਜ਼ ਦੀ ਬੱਸ 70 ਦੀ ਸਪੀਡ ਤੇ ਖਲੋਂਦੀ ਨਹੀਂ, ਇਹਨਾਂ ਨੂੰ ਕੋਈ ਹੱਕ ਨਹੀਂ ਬਣਦਾ 52-52 ਸਵਾਰੀਆਂ ਲੈ ਕੇ ਇਹਨਾਂ ਨੂੰ ਡਰਾਈਵ ਕਰਨ ਦਾ। ਇਹਨਾਂ ਨੂੰ ਵੀ ਜੁਰਮਾਨਾ ਹੋਣਾ ਚਾਹੀਦਾ ਤੇ ਸਰਕਾਰ ਨੂੰ ਵੀ ਜੁਰਮਾਨਾ ਹੋਣਾ ਚਾਹੀਦਾ ਵੀ ਜਿਹੜੀ 52 ਬੰਦਿਆਂ ਦੀ ਮੌਤ ਤੁਸੀਂ ਲੈ ਕੇ ਤੁਰੇ ਫਿਰਦੇ ਹੋ, ਜਿਹੜੀ ਗੱਡੀ 70 ਦੀ ਸਪੀਡ ਤੇ ਬੱਸ ਕੰਟਰੋਲ ਨਹੀਂ ਹੋ ਸਕਦੀ, ਉਹਨੂੰ ਸੜਕ ਤੇ ਚੱਲਣ ਦਾ ਕੋਈ ਹੱਕ ਹੀ ਨਹੀਂ ਹੋਣਾ ਚਾਹੀਦਾ। ਸਾਡੇ ਚਲਾਨ, ਸਾਡੀਆਂ ਚੀਜ਼ਾਂ, ਤੁਸੀਂ ਇੱਕ ਕਿਸੇ ਦੀ ਇੰਸ਼ੋਰੈਂਸ ਨਾ ਹੋਏ, ਖਤਮ ਹੋਈ ਹੋਏ, ਕਿਸੇ ਦਾ ਪ੍ਰਦੂਸ਼ਣ ਨਾ ਹੋਏ, 20 ਰੁਪਏ ਦਾ 50 ਰੁਪਏ ਦਾ ਜਿਹੜਾ ਕੱਟਿਆ ਜਾਂਦਾ ਉਹਨੂੰ ਜੁਰਮਾਨਾ। ਜਿਹੜੀ ਬੱਸ 100 ਬੰਦਾ ਲੈ ਕੇ ਤੁਰੀ ਫਿਰਦੀ ਹੈ ਉਹਦੀ ਕੰਡੀਸ਼ਨ ਕਿਹੋ ਜਿਹੀ ਹੈ ਉਹ ਵੀ ਸਰਕਾਰ ਨੂੰ ਚੈੱਕ ਕਰਨਾ। ਤੁਸੀਂ ਇਕੱਲੇ ਸੀ ਗੱਡੀ 'ਚ? ਮੈਂ ਡਰਾਈਵ ਇਕੱਲਾ ਹੀ ਕਰ ਰਿਹਾ ਸੀਗਾ ਜੀ, ਮੈਂ ਆਪਣੇ ਕੰਮ 'ਤੇ ਜਾਈ ਜਾਂਦਾ ਸੀਗਾ। ਤੇ ਅੱਗੇ ਜਿਹੜੀ ਤੀਜੀ ਗੱਡੀ 'ਚ ਵੱਜੀ ਆ, ਉਹ ਤੀਜੀ ਗੱਡੀ ਜਿਹੜੀ ਥੋੜ੍ਹੀ ਜਿਹੀ ਉਹ ਉਦੋਂ ਟੱਚ ਹੋਈ ਜਦੋਂ ਇਹਨਾਂ ਨੇ ਪਿੱਛੋਂ ਮੈਨੂੰ ਮਾਰੀ, ਉਹ ਗੱਡੀ ਬਲੈਰੋ ਵਾਲਾ ਸੀਗਾ, ਉਹਨੇ ਚਲਾ ਧਿਆਨ ਨਹੀਂ ਕੀਤਾ, ਉਹਨੇ ਆਪਣੀ ਗੱਡੀ ਲੈ ਕੇ ਚਲਾ ਗਿਆ। ਠੀਕ, ਵੀ ਟੋਲ ਵਾਲਾ ਰੋਡ 'ਤੇ ਜਿਵੇਂ ਆਹ ਜਾਲੀਆਂ ਤੋੜ ਕੇ ਪਸ਼ੂ ਅੰਦਰ ਆ ਜਾਂਦੇ ਆ, ਆਉਣਾ ਨਹੀਂ ਚਾਹੀਦੇ, ਇਹਦੇ ਵਿੱਚ ਵੀ ਤੁਸੀਂ ਕੁਛ ਕਹੋਗੇ? ਵੀਰ ਜੀ ਇਹਦੇ ਬਾਰੇ ਤਾਂ ਹੁਣ ਜਾਂ ਤਾਂ ਟੋਲ ਵਾਲਿਆਂ ਨੂੰ ਜੁਰਮਾਨਾ ਹੋਣਾ ਚਾਹੀਦਾ, ਸੜਕਾਂ ਦੇ ਪਾਣੀ ਖੜਾ, ਸੜਕਾਂ ਦੇ ਪਾਣੀ ਖੜਾ, ਇਹ ਵੀ ਨਹੀਂ ਕੰਟਰੋਲ ਕਰਦੇ ਜੀ, ਇਹ ਵੀ ਬਿਨਾਂ ਵੇਖੇ ਸਮਝੇ ਇੰਨੀਆਂ ਇੰਨੀਆਂ ਸਵਾਰੀਆਂ ਲੱਦ ਕੇ, ਜੇ ਬੱਸਾਂ ਨਹੀਂ ਕੰਟਰੋਲ ਹੋ ਪਾਉਂਦੀਆਂ ਤਾਂ ਇਹਨਾਂ ਨੂੰ ਚਲਾਉਣਾ ਹੀ ਨਹੀਂ ਚਾਹੀਦਾ। ਕੀ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਅੱਗੇ ਗਾਂ ਆ ਗਈ, ਐਮਰਜੈਂਸੀ ਗਾਂ ਨੂੰ ਬ੍ਰੇਕ ਪੈ ਗਈ, ਉਹਦੇ ਕਰਕੇ ਪਿੱਛੋਂ ਗੱਡੀ ਕੰਟਰੋਲ ਨਹੀਂ ਗੱਡੀ ਲੱਗ ਗਈ। ਜਾਨੀ ਨੁਕਸਾਨ ਤਾਂ ਨਹੀਂ? ਨਹੀਂ ਜਾਨੀ ਜੂਨੀ ਕੋਈ ਨੁਕਸਾਨ ਨਹੀਂ। ਕਿੰਨੇ ਕੀ ਕਾਰ ਦੇ ਅੰਦਰ? ਕਾਰ ਤੇ ਇਕੱਲੇ ਹੀ ਡਰਾਈਵਰ ਸੀ। ਇਕੱਲਾ ਡਰਾਈਵਰ? ਹਾਂਜੀ। ਤੇ ਕਿੱਧਰੋਂ ਆ ਰਹੀ ਸੀ ਕਾਰ? ਕਾਰ ਬਠਿੰਡੇ ਦੀ ਆ ਰਹੀ ਸੀ ਜੀ, ਕਾਰ ਵੀ ਬੱਸ ਵੀ। ਤੇ ਹੁਣ ਡਰਾਈਵਰ ਇੱਥੇ ਹੀ ਮੌਜੂਦ? ਹਾਂਜੀ, ਆਮ ਡਰਾਈਵਰ ਮੌਜੂਦ, ਕਾਰ ਵਾਲੇ ਆ ਗਏ ਨੇ ਬਾਈ ਸਾਹਿਬ, ਕਾਰ ਵਾਲੇ ਜੀ। ਸਭ ਤੋਂ ਵੱਡੀ ਗੱਲ ਇਹ ਡਰਾਈਵਰ ਨਹੀਂ ਹੈ ਗੱਡੀ ਦੇ।